ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਅਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਕਰਵਾ ਚੌਥ। ਅਤੇ ਟਾਈਮ ਹੋ ਗਿਆ 3:28, ਅਤੇ ਮੈਂ ਉੱਠੀ ਹਾਂ ਸਰਗੀ ਖਾਣ ਲਈ। ਅਤੇ ਹੁਣੇ ਹੁਣੇ ਮੈਂ ਇਸ ਟਾਈਮ, ਕਿਉਂਕਿ ਮੇਡ ਨਹੀਂ ਹੁੰਦੀ, ਖੁਦ ਨਹੀਂ ਕਰਨਾ ਪੈਂਦਾ, ਅਤੇ ਮੈਂ ਹੁਣੇ ਹੁਣੇ ਆਪਣੇ ਲਈ ਫੁਲਕੇ ਬਣਾਏ ਨੇ। ਅਤੇ ਆਪਸ਼ਨ ਇਹੀ ਹੈ ਵੀ ਇੰਨੀ ਸੁਬਹ ਹੀ ਖਾਣਾ ਪੈਂਦਾ। ਅਤੇ ਹੁਣ ਬਸ ਮੈਂ ਸਰਗੀ ਖਾਣ ਲੱਗੀ ਹਾਂ ਅਤੇ ਮੇਰਾ ਫਾਸਟ ਦਾ ਡੇ ਫਿਚਰ ਜੀ। ਮੈਂ ਰੇਡੀ ਹਾਂ, ਅੱਜ ਮੇਰੀ ਕਰਵਾ ਚੌਥ ਦੀ ਲੁੱਕ। ਮੰਮੀ ਨੇ ਸਾਰਾ ਕੁਛ ਰੇਡੀ ਕਰਤਾ, ਹੁਣ ਅਸੀਂ ਕਹਾਣੀ ਸੁਣਾਂਗੇ ਤੁਹਾਨੂੰ। ਹੈਪੀ ਕਰਵਾ ਚੌਥ ਮੰਮੀ। ਹੈਪੀ ਕਰਵਾ ਚੌਥ। I don't mind.